ਹਾਂ ਜੀ, ਜਿਸ ਤਰ੍ਹਾਂ ਆਪਾਂ ਦੇਖਿਆ ਕਿ ਫਰਵਰੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਥੋੜ੍ਹੀ ਬਾਰਿਸ਼ ਹੋਈ ਹੈ, ਕਿਉਂਕਿ ਜਿਹੜੇ ਵੈਸਟਰਨ ਡਿਸਟਰਬੈਂਸਿਸ ਨੇ ਉਹਨਾਂ ਦੀ ਆਮਦ ਦੇ ਨਾਲ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਪਰ ਫਿਰ ਵੀ ਜੇ ਆਪਾਂ ਪਹਿਲੇ ਪੰਦਰਵਾੜੇ ਦੀ ਗੱਲ ਕਰਦੇ ਹਾਂ ਤਾਂ ਬਾਰਿਸ਼ ਦੇ ਨਾਲ ਹੀ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਨੋਰਮਲ ਤੋਂ ਥੋੜ੍ਹਾ ਘੱਟ ਰਿਹਾ ਹੈ। ਜੇ ਆਪਾਂ ਗੱਲ ਕਰੀਏ ਤਾਂ ਨੀਅਰ ਅਬਾਉਟ 1.5 ਡਿਗਰੀ ਜਿਹੜਾ ਉਹ ਘੱਟ ਸੀਗਾ, ਅਤੇ ਮੈਕਸੀਮਮ ਜਿਹੜਾ ਟੈਂਪਰੇਚਰਸ ਨੇ ਆਲਮੋਸਟ ਨੀਅਰ ਟੂ ਨੋਰਮਲ ਸੀਗੇ, ਕਿਉਂਕਿ ਬਾਰਿਸ਼ ਦੇ ਨਾਲ ਜਿਹੜਾ ਦਿਨ ਦਾ ਤਾਪਮਾਨ ਆ ਉਹਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖੀ ਗਈ ਸੀ। ਉਸ ਤੋਂ ਬਾਅਦ ਜਦੋਂ ਸੈਕਿੰਡ ਫੋਰਟਨਾਈਟ ਦਾ ਵੀਕ ਸਟਾਰਟ ਹੋਇਆ ਤਾਂ ਇੱਕਦਮ ਫਿਰ ਜਿਹੜਾ ਰਾਤ ਦਾ ਤਾਪਮਾਨ ਆ ਉਹ ਵਧਣਾ ਸ਼ੁਰੂ ਹੋ ਗਿਆ। ਅਤੇ ਜੇ ਆਪਾਂ ਪਿਛਲੇ ਹਫ਼ਤੇ ਦੀ ਗੱਲ ਕਰਦੇ ਹਾਂ ਜਦੋਂ ਕਿ 25 ਤਰੀਕ ਤੱਕ ਜਿਹੜਾ ਸਾਡਾ ਵੀਕ ਖਤਮ ਹੁੰਦਾ, ਉਹਦੇ ਵਿੱਚ ਸਾਡੇ ਕੋਲ ਜਿਹੜੇ ਰਾਤ ਦਾ ਤਾਪਮਾਨ ਹੈ ਉਹ ਨੋਰਮਲ ਤੋਂ ਜ਼ਿਆਦਾ ਰਿਹਾ, ਕਿਉਂਕਿ ਕੁਛ ਜਿਹੜੇ ਜਿਹੜੀਆਂ ਨਾਈਟ ਸੀਗੀਆਂ ਉਹ ਵਾਰਮ ਦੇਖੀਆਂ ਗਈਆਂ, ਅਤੇ ਜਿਹੜਾ ਦਿਨ ਦਾ ਤਾਪਮਾਨ ਉਹ ਆਲਮੋਸਟ ਨੀਅਰ ਟੂ ਨੋਰਮਲ ਰਿਹਾ। ਪਰ ਉਹ ਹੁਣ ਜਿਹੜੇ ਪਿੱਛੇ ਜੇ ਆਪਾਂ ਦੇਖਿਆ ਕਿ ਜਿਹੜੇ ਦਿਨ ਦਾ ਦਿਨ ਜਿਹੜੇ ਸੀ ਕਾਫੀ ਸਨੀ ਜਿਹੜੇ ਡੇਜ਼ ਰਹੇ ਨੇ, ਕਿਉਂਕਿ ਧੁੱਪ ਬਿਲਕੁਲ ਸਨਸ਼ਾਈਨ ਨਾਲ ਸਾਡੇ ਕੋਲ ਕਾਫੀ ਅੱਛੇ ਰਿਕਾਰਡ ਕੀਤੇ ਗਏ ਆ। ਨੀਅਰ ਅਬਾਊਟ 8-9 ਸਨਸ਼ਾਈਨ ਆਵਰਸ ਡੇਲੀ ਰਹਿੰਦੇ ਰਹੇ ਆ, ਜਿਹਦੇ ਕਰਕੇ ਕਿ ਸਾਡਾ ਜਿਹੜਾ ਮਤਲਬ ਦਿਨ ਦਾ ਤਾਪਮਾਨ ਆ ਉਹ ਵੀ 22-23 ਡਿਗਰੀ ਜਿਹੜਾ ਉਹਦੇ ਨੀਅਰ ਅਬਾਊਟ ਰਿਹਾ। ਪਰ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਕੁਛ ਮੌਸਮ ਦੇ ਵਿੱਚ ਤਬਦੀਲੀ ਦੇਖੀ ਜਾ ਰਹੀ ਹੈ, ਕਿਉਂਕਿ ਜਿਹੜਾ ਫਿਰ ਥੋੜ੍ਹਾ ਜਿਹਾ ਨਾਈਟ ਟੈਂਪਰੇਚਰ ਜਿਹੜਾ ਵਧਣਾ ਸ਼ੁਰੂ ਹੋ ਰਿਹਾ, ਕਿਉਂਕਿ ਇੱਕ ਪੱਛਮੀ ਚੱਕਰਵਾਤ ਜਿਹੜਾ ਉਹਦੀ ਆਮਦ ਹੋ ਰਹੀ ਹੈ ਪੰਜਾਬ ਦੇ ਵੱਲ, ਜਿਹਦੇ ਕਰਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ। ਔਰ ਕੁਛ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ 2-3 ਮਾਰਚ ਨੂੰ ਜਿਹੜੀ ਕੁਛ ਛਿੱਟੇ ਵੀ ਪੈ ਸਕਦੇ ਆ। ਸੋ ਜਿਹੜੇ ਹੁਣ ਲਗਾਤਾਰ ਜਿਹੜਾ ਸਿਸਟਮ ਚੱਲ ਰਿਹਾ ਹੈ ਇਹਦਾ ਇਫੈਕਟ ਆਲਮੋਸਟ ਸਾਰੇ ਪੰਜਾਬ 'ਤੇ ਹੀ ਰਹੇਗਾ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈਗੀ ਹੈ। ਸੋ ਇਹ ਹੁਣ ਜਿਹੜਾ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਆਈ ਹੈ ਉਹਦੇ ਨਾਲ ਹੁਣ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸੂਰਜੀ ਘੰਟੇ ਉਹਦੇ ਨਾਲ ਥੋੜ੍ਹੇ ਘਟਣਗੇ, ਔਰ ਜਿਹੜਾ ਦਿਨ ਦਾ ਤਾਪਮਾਨ ਉਹਦੇ ਵਿੱਚ ਵੀ ਗਿਰਾਵਟ ਦੀ ਉਮੀਦ ਦੇਖੀ ਜਾ ਸਕਦੀ ਹੈ। ਸੋ ਲੱਗਦਾ ਕਿ ਟੈਂਪਰੇਚਰ ਜਿੱਦਾਂ ਹੋਰ ਵੀ ਆਉਣ ਵਾਲੇ ਦਿਨਾਂ ਜਿੱਦਾਂ ਮੌਸਮ ਉਗਾਉਗਾ ਹੋਊਗਾ ਜਾਂ ਬਾਰਿਸ਼ ਹੋਊਗੀ ਤਾਂ ਹੋਰ ਥੋੜ੍ਹਾ ਹੇਠਾਂ ਜਾ ਸਕਦਾ ਹੈ ਟੈਂਪਰੇਚਰ। ਬਿਲਕੁਲ ਹਾਂਜੀ, ਜਿਸ ਤਰ੍ਹਾਂ ਹੁਣ ਆਪਾਂ ਦੇਖਿਆ ਕਿ ਪਿਛਲੇ ਹਫ਼ਤੇ ਕਾਫੀ ਜਿਹੜਾ ਸਨੀ ਵੈਦਰ ਰਿਹਾ, ਪਰ ਹੁਣ ਜਿਸ ਤਰ੍ਹਾਂ ਆਪਣਾ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਰਿਹਾ, ਜਿਸ ਤਰ੍ਹਾਂ ਉਮੀਦ ਹੈਗੀ ਹੈ ਕਿਉਂਕਿ ਜਿਹੜਾ ਪ੍ਰੈਸ਼ਰ ਦੇ ਵਿੱਚ ਕਾਫੀ ਫਾਲ ਦੇਖੀ ਗਈ ਹੈ ਕੱਲ੍ਹ, ਅਤੇ ਵਿੰਡ ਸਪੀਡ ਵੀ ਜਿਹੜੀ ਨੋਰਮਲ ਤੋਂ ਜ਼ਿਆਦਾ ਚੱਲ ਰਹੀ ਹੈ, ਜਿਹਦੇ ਕਰਕੇ ਇਵੈਪੋਰੇਸ਼ਨ ਵੀ ਜ਼ਿਆਦਾ ਹੋ ਰਹੀ ਹੈ, ਅਤੇ ਉਹਦੇ ਕਰਕੇ ਵੀ ਥੋੜ੍ਹਾ ਹਿਊਮਿਡਿਟੀ ਜਿਹਾ ਲੈਵਲ ਵੱਧ ਜਾਂਦਾ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹੈਗੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਇਸਚਰ ਦੇ ਨਾਲ ਹੀ ਕਲਾਉਡੀਨੈਸ ਦੇ ਚਾਂਸਿਸ ਨੇ। ਸੋ ਬਿਲਕੁਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿਨ ਦਾ ਤਾਪਮਾਨ ਆ ਉਹ ਘਟਣ ਦੀ ਸੰਭਾਵਨਾ ਹੈਗੀ ਹੈ, ਕਿਉਂਕਿ ਜਿਹੜੀ ਬਾਰਿਸ਼ ਹੈ ਉਹ 2-3 ਨੂੰ ਕਾਫੀ ਉਮੀਦ ਹੈਗੀ ਹੈ ਕਿ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ। ਹਾਂਜੀ, ਜਿਹੜੀ ਕਣਕ ਜਿਹੜੀ ਪੱਕਣ ਨੂੰ ਤਿਆਰ ਹੈਗੀ ਹੈ ਉਤੋਂ ਆਪਾਂ ਕਿਸਾਨ ਵੀਰਾਂ ਨੂੰ ਸਲਾਹ ਦੇ ਸਕਦੇ ਹੈਗੇ ਹਾਂ ਕਿ ਇਹਨਾਂ ਜਿਹੜੇ ਹੁਣ ਦਿਨ ਨੇ ਜਿਵੇਂ 2 ਮਾਰਚ ਨੂੰ ਜਿਵੇਂ ਚਾਂਸਿਸ ਨੇ ਬਾਰਿਸ਼ ਦੇ, ਤਾਂ ਜੇ ਕਿਸੇ ਨੇ ਕੋਈ ਪਾਣੀ ਕਿਸਾਨ ਨੇ ਲਾਉਣਾ ਜਿਹੜਾ ਕਿ ਰਿਕੁਆਇਰਮੈਂਟ ਬੇਸਡ ਇਰੀਗੇਸ਼ਨ ਹੈਗੀ ਹੈ
ਉਹਨੂੰ ਮਤਲਬ ਮੌਸਮ ਨੂੰ ਧਿਆਨ 'ਚ ਰੱਖ ਕੇ ਲਗਾਉਣ। ਜੇ ਕੋਈ ਜਿਵੇਂ ਕੋਈ ਜਿਸ ਤਰ੍ਹਾਂ ਕਿ ਪਿੱਛੇ ਜੇ ਟੈਂਪਰੇਚਰਸ ਬਹੁਤ ਵੱਧ ਗਏ ਆ, ਉਹਦੇ ਨਾਲ ਤੇਲੇ ਦਾ ਅਟੈਕ ਵੀ ਦੇਖਿਆ ਗਿਆ। ਸੋ ਉਹ ਵੀ ਦੇਖ ਜੇ ਕਿਸੇ ਨੇ ਸਪਰੇਅ ਕਰਨੀ ਹੈ ਤਾਂ ਮੌਸਮ ਨੂੰ ਧਿਆਨ 'ਚ ਰੱਖ ਕੇ ਕੀਤੀ ਜਾਵੇ। ਜਾਂ ਤਾਂ ਹੁਣ ਜਿਹੜੇ ਇੱਕ ਦੋ ਦਿਨ ਹੋਣਗੇ ਜਿਹੜੇ ਕਿ ਸਾਡੇ ਕੋਲ ਸੇਫ ਪੀਰੀਅਡਸ ਨੇ, ਉਹਨਾਂ ਦੇ ਵਿੱਚ ਜਿਹੜੀ ਸਪਰੇਅ ਕੀਤੀ ਜਾ ਸਕਦੀ ਹੈ ਜਾਂ ਪਾਣੀ ਲਗਾਇਆ ਜਾ ਸਕਦਾ। ਪਰ ਜਦੋਂ ਆਪਾਂ ਨੂੰ ਫੋਰਕਾਸਟ ਹੈਗੀ ਹੈ ਕਿ ਇੱਕ ਦੋ ਨੂੰ ਕਾਫੀ ਚਾਂਸਿਸ ਨੇ ਬਾਰਿਸ਼ ਦੇ, ਤਾਂ ਉਹਨਾਂ ਦਿਨਾਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਤਾਂ ਕਿ ਜਿਹੜੀ ਫਸਲ ਹੈ ਜੇ ਉਹਨੂੰ ਪਾਣੀ ਲੱਗਿਆ ਹੁੰਦਾ ਤਾਂ ਫਿਰ ਉਹ ਜ਼ਿਆਦਾ ਗਿਰਨ ਦੇ ਚਾਂਸਿਸ ਹੁੰਦੇ ਆ। ਕਿਉਂਕਿ ਜਿਹੜੀ ਫਸਲ ਪੱਕ ਚੁੱਕੀ ਹੈ ਉਹਨੂੰ ਪਾਣੀ ਲੱਗਿਆ ਹੋਵੇ ਤਾਂ ਕਾਫੀ ਨੁਕਸਾਨ ਹੁੰਦਾ। ਸੋ ਆਪਾਂ ਇਹ ਜੀ ਜਿਹੜੀ ਪ੍ਰੀਕੋਸ਼ਨਸ ਲੈ ਕੇ ਫਸਲ ਨੂੰ ਨੁਕਸਾਨ ਤੋਂ ਬਚਾ ਸਕਦੇ ਹਾਂ।